ਮਹਿੰਗਾਈ ਨਾਲ ਜੂਝ ਰਹੇ ਆਮ ਆਦਮੀ ਨੂੰ ਆਉਣ ਵਾਲੇ ਦਿਨਾਂ ਵਿੱਚ ਵੱਡੀ ਰਾਹਤ ਮਿਲ ਸਕਦੀ ਹੈ ਕਿਉਂਕਿ ਕੇਂਦਰ ਸਰਕਾਰ 100 ਤੋਂ ਵੱਧ ਵਸਤਾਂ ਤੇ GST ਦਰਾਂ ਨੂੰ ਬਦਲਣ ਦੀ ਯੋਜਨਾ ਬਣਾ ਰਹੀ ਹੈ। ਇਹਨਾਂ ਵਿੱਚ ਜ਼ਰੂਰੀ ਦਵਾਈਆਂ, ਬਾਈਕ ਅਤੇ ਹੋਰ ਕਈ ਸਮਾਨ ਸ਼ਾਮਲ ਨੇ। ਦਰਅਸਲ ਕੇਂਦਰ ਸਰਕਾਰ ਦੇ ਮੰਤਰੀ ਸਮੂਹ ਨੇ GST ਦਰਾਂ ਵਿੱਚ ਸੁਧਾਰ ਲਈ ਯਤਨ ਤੇਜ਼ ਕਰ ਦਿੱਤੇ ਨੇ, ਜਿਸ ਵਿੱਚ 100 ਤੋਂ ਵੱਧ ਵਸਤੂਆਂ ਤੇ ਟੈਕਸ ਦਰਾਂ ਨੂੰ ਸੋਧਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਸੰਬੰਧੀ ਪੱਛਮੀ ਬੰਗਾਲ ਦੀ ਵਿੱਤ ਮੰਤਰੀ ਚੰਦਰਿਮਾ ਭੱਟਾਚਾਰੀਆ ਨੇ ਕਿਹਾ ਕਿ GST ਨੂੰ 12% ਤੋਂ ਘਟਾ ਕੇ 5% ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਅਗਲੀ ਮੀਟਿੰਗ 20 ਅਕਤੂਬਰ ਨੂੰ ਹੋਵੇਗੀ। ਇਹਨਾਂ 100 ਵਸਤੂਆਂ ਵਿੱਚ ਬਾਈਕ ਅਤੇ ਬੋਤਲਬੰਦ ਪਾਣੀ ਵਰਗੀਆਂ ਮਹੱਤਵਪੂਰਨ ਵਸਤਾਂ ਸ਼ਾਮਲ ਨੇ। GST ਦਰਾਂ ਨੂੰ ਤਰਕਸੰਗਤ ਬਣਾਉਣ ਲਈ ਮੰਤਰੀ ਮੰਡਲ ਨੇ 12% ਅਤੇ 18% ਸਲੈਬਾਂ ਨੂੰ ਮਿਲਾਉਣ ਤੋਂ ਇਲਾਵਾ 100 ਤੋਂ ਵੱਧ ਵਸਤੂਆਂ ਅਤੇ ਦਰਾਂ ਨੂੰ ਮੁੜ ਕੰਮ ਕਰਨ ਦੀਆਂ ਤਜਵੀਜ਼ਾਂ 'ਤੇ ਵਿਚਾਰ ਵਟਾਂਦਰਾ ਕੀਤਾ ਹੈ, ਪਰ ਆਪਣੀਆਂ ਸਿਫਾਰਸ਼ਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਇਸ ਦਾ ਵਿਸ਼ਲੇਸ਼ਣ ਕਰਨਾ ਬਾਕੀ ਹੈ। ਵਿੱਤ ਮੰਤਰੀ ਚੰਦਰਿਮਾ ਭੱਟਾਚਾਰੀਆ ਨੇ ਕਿਹਾ ਕਿ ਆਮ ਆਦਮੀ ਦੁਆਰਾ ਵਰਤੀਆਂ ਜਾਣ ਵਾਲੀਆਂ ਵਸਤਾਂ 'ਤੇ ਟੈਕਸ ਦਰਾਂ ਘਟਾਈਆਂ ਜਾਣੀਆਂ ਚਾਹੀਦੀਆਂ ਨੇ ਅਤੇ ਖਾਣ ਪੀਣ ਵਾਲੀਆਂ ਵਸਤਾਂ 'ਤੇ GST ਦਰਾਂ ਨੂੰ 12% ਤੋਂ ਘਟਾ ਕੇ 5% ਕੀਤਾ ਜਾਣਾ ਚਾਹੀਦਾ ਹੈ। ਵਰਤਮਾਨ ਵਿੱਚ ਮੋਟਰਸਾਈਕਲ ਅਤੇ ਉਹਨਾਂ ਦੇ ਪਾਰਟਸ ਅਤੇ ਉਪਕਰਨਾਂ 'ਤੇ 12% GST ਲੱਗਦਾ ਹੈ, ਜਦੋਂ ਕਿ ਈ ਸਾਈਕਲ 'ਤੇ 5% ਟੈਕਸ ਲੱਗਦਾ ਹੈ। ਪੱਛਮੀ ਬੰਗਾਲ ਦੀ ਵਿੱਤ ਮੰਤਰੀ ਚੰਦਰਿਮਾ ਭੱਟਾਚਾਰੀਆ ਨੇ ਕਿਹਾ ਕਿ GST ਦਰਾਂ ਨੂੰ ਫਿਟਮੈਂਟ ਕਮੇਟੀ ਦੁਆਰਾ ਵਿਚਾਰਿਆ ਜਾਵੇਗਾ। ਇਸ 'ਚ ਕੁਝ ਚੀਜ਼ਾਂ 'ਤੇ GST ਦੀਆਂ ਦਰਾਂ ਘਟਾਈਆਂ ਜਾਣਗੀਆਂ, ਜਿਨ੍ਹਾਂ ਦੀ ਵਰਤੋਂ ਆਮ ਲੋਕ ਕਰਦੇ ਨੇ। ਇਸ ਦੇ ਨਾਲ ਹੀ ਕੁਝ ਲਗਜ਼ਰੀ ਵਸਤੂਆਂ ਦੇ ਰੇਟ 'ਚ ਵੀ ਵਾਧਾ ਹੋਵੇਗਾ ਤਾਂ ਜੋ ਮਾਲੀਏ ਦਾ ਨੁਕਸਾਨ ਨਾ ਹੋਵੇ। ਗੋਆ ਵਿੱਚ ਬੁੱਧਵਾਰ ਨੂੰ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਦੀ ਅਗਵਾਈ ਵਿੱਚ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਖੁਰਾਕ ਉਤਪਾਦਾਂ, ਖੇਤੀ ਵਸਤਾਂ, ਖਾਦਾ, ਸਟੇਸ਼ਨਰੀ ਅਤੇ ਹੋਰ ਵਸਤੂਆਂ ਦੀਆਂ ਦਰਾਂ ਵਿੱਚ ਤਬਦੀਲੀਆਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਕੁਝ ਵਸਤਾਂ 'ਤੇ ਟੈਕਸ ਦਰਾਂ ਨੂੰ 12% ਤੋਂ ਘਟਾ ਕੇ 5% ਕਰਨ ਦਾ ਮੁੱਦਾ ਵੀ ਸ਼ਾਮਲ ਸੀ। ਵਰਤਮਾਨ ਵਿੱਚ GST ਪ੍ਰਣਾਲੀ ਇੱਕ 4-ਪੱਧਰੀ ਟੈਕਸ ਢਾਂਚਾ ਹੈ, ਜਿਸ ਵਿੱਚ 5, 12, 18 ਅਤੇ 28% ਦੇ ਸਲੈਬ ਨੇ।